ਚਾਈਨਾ ਡੋਰ ਨਾਲ ਕੱਟੀ ਗਈ 14 ਸਾਲ ਦੇ ਬੱਚੇ ਦੀ ਗਰਦਨ, ਮੌਕੇ ਤੇ ਹੀ ਹੋ ਗਈ ਬੱਚੇ ਦੀ ਮੌਤ। ਨਾਮੱਖਾਂ ਨਾਲ ਪਰਿਵਾਰ ਨੇ ਦਿੱਤੀ ਆਖਰੀ ਵਿਦਾਈ। ਤਾਂ ਦੱਸ ਦੇ ਕਿ ਚਾਈਨਾ ਡੋਰ ਦੀ ਭੇਟ ਇੱਕ 14 ਸਾਲ ਦਾ ਬੱਚਾ ਚੜ ਗਿਆ ਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ, ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਤਾਂ ਦੱਸ ਦੇ ਕਿ ਬੱਚੇ ਦਾ ਨਾਮ ਜੈਵੀਰ ਸਿੰਘ ਸੀ ਤੇ ਮੇਰੀ ਜਾਣਕਾਰੀ ਅਨੁਸਾਰ ਡੋਰ ਬੱਚੇ ਦੇ ਗਲ ਦੇ ਵਿੱਚ ਫਸ ਗਈ ਸੀ, ਜਿਸ ਕਾਰਨ ਉਸਦਾ ਗਲਾ ਵੱਢਿਆ ਜਾਂਦਾ ਤੇ ਮੌਕੇ ਤੇ ਹੀ ਬੱਚੇ ਦੀ ਜਾਨ ਨਿਕਲ ਜਾਂਦੀ ਹੈ ਤੇ ਪਰਿਵਾਰ ਵੱਲੋਂ ਫਿਰ ਨਮ ਅੱਖਾਂ ਨਾਲ ਇਸ ਬੱਚੇ ਨੂੰ ਆਖਰੀ ਵਿਦਾਈ ਦਿੱਤੀ ਜਾਂਦੀ ਹੈ। ਤਾਂ ਦੱਸਦੇ ਕਿ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ, ਜਿੱਥੇ ਚਾਈਨਾ ਡੋਰ ਕਾਰਨ ਇੱਕ ਹੋਰ ਘਰ ਦਾ ਚਿਰਾਗ ਬੁਝ ਗਿਆ। ਹੁਣ ਤੱਕ ਇਸ ਖੂਨੀ ਡੋਰ ਨੇ ਕਈ ਜਾਨਾਂ ਲੈ ਲਈਆਂ ਨੇ, ਪਰ ਫਿਰ ਵੀ ਪ੍ਰਸ਼ਾਸਨਿਕ ਅਧਿਕਾਰੀ ਇਸ ਦੀ ਵਿਕਰੀ ਬੰਦ ਕਰਨ ਦੇ ਵਿੱਚ ਅਸਮਰਥ ਨੇ ਤੇ ਇਸ ਦੀ ਵਿਕਰੀ ਲਗਾਤਾਰ ਚੱਲ ਰਹੀ ਹੈ। ਦੱਸਦੇ ਕਿ ਬੱਚੇ ਦੀ ਮੌਤ ਤੋਂ ਬਾਅਦ ਪਰਿਵਾਰ ਵੱਲੋਂ ਇਸ ਦੀਆਂ ਅੱਖਾਂ ਦਾਨ ਕੀਤੀਆਂ ਗਈਆਂ ਨੇ ਤਾਂ ਜੋ ਕੋਈ ਹੋਰ ਇਸ ਦੀਆਂ ਅੱਖਾਂ ਨਾਲ ਵੇਖ ਸਕੇ। ਤਾਂ ਇਸ ਚਾਈਨਾ ਡੋਰ ਦੀ ਭੇਟ ਇੱਕ ਹੋਰ ਬੱਚਾ ਚੜ ਗਿਆ ਤੇ ਉਸਦੀ ਇਸ ਵੱਲੋਂ ਜਾਨ ਲੈ ਲਈ ਗਈ ਹੈ। ਬੱਚੇ ਦਾ ਨਾਮ ਜੈਵੀਰ ਸਿੰਘ ਸੀ, 14 ਸਾਲ ਦਾ ਸੀ ਤੇ ਉਸਦੀ ਗਰਦਨ ਦੇ ਵਿੱਚ ਡੋਰ ਫਸ ਜਾਂਦੀ ਹੈ, ਜਿਸ ਤੋਂ ਬਾਅਦ ਉਸਦੀ ਜਾਨ ਚਲੀ ਜਾਂਦੀ ਹੈ। ਬੜੇ ਦੁੱਖ ਦੀ ਜੋ ਟ੍ਰੈਜਿਕ ਘਟਨਾ ਹੈ, ਆਪ ਜੀ ਨੂੰ ਸ਼ਾਇਦ ਨੂੰ ਮੀਡੀਆ ਰਾਹੀਂ ਜਾਂ ਵੈਸੇ ਵੀ ਜੋ ਸੱਜਣ ਮਿੱਤਰਾਂ ਨੂੰ ਤੋਂ ਪਤਾ ਲੱਗੀ ਸੀਗਾ ਹੋਣਾ। ਬੱਚਾ ਜੈਵਦੀਪ ਸਿੰਘ ਜੀ, ਜਿਨ੍ਹਾਂ ਦੀ ਕੱਲ੍ਹ ਚਾਈਨਾ ਡੋਰ ਦੇ ਗਲੇ ਦੇ ਵਿੱਚ ਘੁੰਮਣ ਦੇ ਨਾਲ ਡੈਥ ਹੋ ਗਈ। ਬੜੀ ਦੁਖਦਾਈ ਘਟਨਾ ਸੀ। ਅਸੀਂ ਲਾਇੰਸ ਕਲੱਬ ਆਦਮਪੁਰ ਤੋਂ ਲਾਇੰਸ ਆਈ ਹੋਸਪਿਟਲ ਨੂੰ ਕੱਲ੍ਹ ਰਾਤ ਨੂੰ ਉਹਨਾਂ ਦੀ ਫੈਮਿਲੀ ਦੀ ਕਾਲ ਆਈ ਸੀਗੀ ਕਿ ਅਸੀਂ ਆਪਣੇ ਬੱਚੇ ਦੀਆਂ ਜੋ ਆਈਸ ਆ ਉਹ ਡੋਨੇਟ ਕਰਨੀਆਂ ਚਾਹੁੰਦੇ ਹਾਂ। ਅਤੇ ਫਿਰ ਅਸੀਂ ਉਹਨਾਂ ਦੀ ਮਦਰ ਨਾਲ ਗੱਲ ਕੀਤੀ। ਉਸ ਤੋਂ ਬਾਅਦ ਰਾਤ ਨੂੰ ਕੋਈ 10-11 ਵਜੇ ਟੀਮ ਆ ਕੇ ਉਹਨਾਂ ਦੀਆਂ ਬੱਚੇ ਦੀਆਂ ਆਈਸ ਜੋ ਡੋਨੇਟ ਕਰਾਈਆਂ ਗਈਆਂ। ਇਸ ਦੇ ਨਾਲ ਹੀ ਉਹਨਾਂ ਦੀ ਮਦਰ ਦੀ ਇੱਛਾ ਸੀਗੀ ਕਿ ਮੇਰਾ ਬੱਚੇ ਦੀਆਂ ਜੋ ਆਈਜ਼ ਆ ਉਹ ਅੱਗੇ ਜੋ ਬੱਚਿਆਂ ਨੂੰ ਲੱਗ ਸਕੇ, ਕਿਸੇ ਜਵਾਨ ਬੱਚੇ ਨੂੰ ਲੱਗ ਜਾਣਗੀਆਂ ਅਤੇ ਮੇਰਾ ਬੱਚਾ ਜੋ ਆ ਉਹ ਰਹਿੰਦੀ ਦੁਨੀਆ ਤੱਕ ਜਿੰਦਾ ਰਹੇਗਾ। ਅਤੇ ਮੈਂ ਧੰਨਵਾਦੀ ਹਾਂ ਪਰਿਵਾਰ ਦੇ ਵੀ। ਇਹ ਅਸਹਿਣਯੋਗ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹ ਟਾਈਮ ਸੀਗਾ, ਪਰ ਫਿਰ ਵੀ ਮੈਂ ਉਹਨਾਂ ਦਾ ਤਹਿ ਦਿਲੋਂ ਆਪਣੀ ਸੰਸਥਾ ਲਾਇੰਸ ਕਲੱਬ ਆਦਮਪੁਰ ਲਾਇੰਸ ਆਈ ਹੋਸਪਿਟਲ ਵੱਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਹ ਚੰਗਾ ਉਪਰਾਲਾ ਕੀਤਾ। ਅਸੀਂ ਕੋਸ਼ਿਸ਼ ਕਰਾਂਗੇ ਕਿ ਅੱਗੇ ਵੀ ਜੋ ਕੋਈ ਬੱਚਾ ਕਿਸੇ ਨੂੰ ਅੰਨਾਪਨ ਹੋਵੇ ਉਹ ਸਾਡੇ ਨਾਲ ਸੰਪਰਕ ਕਰੇ, ਉਹ ਜਿਹੜੀਆਂ ਆਈਜ਼ ਆ ਉਹ ਉਸ ਬੱਚੇ ਨੂੰ ਜ਼ਰੂਰ ਲਗਵਾ ਦਿੱਤੀਆਂ ਜਾਣਗੀਆਂ। ਦੇਖੋ, ਬੜਾ ਅਫਸੋਸਨਾਕ ਘਟਨਾ ਕੱਲ੍ਹ ਆਦਮਪੁਰ 'ਚ ਹੋਈ ਹੈ। ਇੱਕ ਛੋਟਾ ਬੱਚਾ 6ਵੀਂ 'ਚ ਪੜ੍ਹਦਾ ਜੈਵੀਰ ਸਿੰਘ ਪਰਹਾਰ, ਉਹ ਆਪਣੇ ਭਰਾ ਦੇ ਨਾਲ ਜਾ ਰਿਹਾ ਸੀ ਅਤੇ ਚਾਈਨਾ ਡੋਰ ਦਾ ਸ਼ਿਕਾਰ ਹੋ ਗਿਆ। ਉਹਦਾ ਗਰਦਨ ਉੱਥੇ ਮੌਕੇ 'ਤੇ ਕੱਟੀ ਗਈ। ਬਹੁਤ ਦਰਦਨਾਕ ਘਟਨਾ ਹੋਈ ਹੈ। ਇਹ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ, ਇਲਾਕੇ 'ਚ ਬਹੁਤ ਵੱਡਾ ਸੋ ਗਿਆ। ਪਰ ਉੱਥੇ ਨਾਲ ਨਾਲ ਸਵਾਲ ਆ ਸਾਡੇ ਵੀ, ਲੋਕਾਂ ਦੇ ਵੀ, ਕਿ ਚਾਈਨਾ ਡੋਰ ਵਿਕ ਕਿਵੇਂ ਰਹੀ ਹੈ, ਕਿੱਥੋਂ ਆ ਰਹੀ ਹੈ, ਕਿੱਥੇ ਬਣਦੀ ਹੈ, ਦਿੱਲੀ ਬਣਦੀ ਹੈ, ਅੰਮ੍ਰਿਤਸਰ ਬਣਦੀ ਹੈ, ਗੁਜਰਾਤ ਬਣਦੀ ਹੈ, ਕਿੱਥੇ ਬਣਦੀ ਹੈ, ਕੀ ਸਰਕਾਰ ਨੂੰ ਪਤਾ ਨਹੀਂ?
ਇਹ ਡੋਰ ਕੋਈ ਪਤੰਗ ਝੋਣ ਵਾਲੀ ਡੋਰ ਨਹੀਂ, ਇਹ ਤਾਂ ਫਾਂਸੀ ਦਾ ਫੰਦਾ ਹੈ। ਇਹ ਤਾਂ ਕਤਲ ਕਰਦੀ ਆ ਲੋਕਾਂ ਨੂੰ ਵੀ, ਪੰਛੀ ਪਰਿੰਦਿਆਂ ਨੂੰ ਵੀ। ਇਹ ਪਰਿਆਵਰਨ ਖਰਾਬ ਕਰਦੀ ਹੈ। 2017 'ਚ NGT ਨੇ ਇਹਦੇ ਉੱਤੇ ਪਾਬੰਦੀ ਲਾਈ ਸੀ, ਬੈਨ ਲਾਇਆ ਸੀ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ। ਉਹਦੇ ਬਾਵਜੂਦ ਵੀ ਤੁਸੀਂ ਵੇਖ ਲਓ, ਪ੍ਰਸ਼ਾਸਨ ਅਤੇ ਸਰਕਾਰ ਕੋਈ ਐਕਸ਼ਨ ਨਹੀਂ ਕਰਦੀ। ਅਤੇ ਜਿੱਥੋਂ ਮਰਜ਼ੀ ਪੂਰੇ ਪੰਜਾਬ 'ਚ ਤੁਸੀਂ ਚਾਈਨਾ ਡੋਰ ਲੈ ਸਕਦੇ। ਇਹ ਚਾਈਨਾ ਡੋਰ ਜਿਹੜਾ ਕੋਈ ਧਾਗਾ ਨਹੀਂ, ਇਹ ਐਸਾ ਮਟੀਰੀਅਲ ਆ ਸਿੰਥੈਟਿਕ ਦਾ, ਪਲਾਸਟਿਕ ਦਾ, ਕੱਚ ਦਾ ਬਣਿਆ ਹੋਇਆ, ਜਿਹੜਾ ਜਦੋਂ ਵੀ ਕਿਤੇ ਇਨਸਾਨੀ ਸਰੀਰ 'ਤੇ ਜਾਂ ਕਿਸੇ ਜਾਨਵਰ ਪੰਛੀ ਪਰਿੰਦੇ 'ਤੇ ਲੱਗਦਾ, ਉਹਨੂੰ ਕੱਟ ਦਿੰਦਾ। ਨਾ ਇਹ ਗਲਦਾ, ਬਲਕਿ ਇਹਦੇ ਅੰਦਰ ਬਿਜਲੀ ਵੀ ਆਉਂਦੀ ਹੈ। ਜਦੋਂ ਇਹ ਕਰੰਟ ਵਾਲੀਆਂ ਤਾਰਾਂ ਦੇ ਕੋਲ ਦੀ ਇਹ ਤਾਰ ਲੰਘਦੀ ਹੈ ਤਾਂ ਕਰੰਟ ਨਾਲ ਵੀ ਐਕਸੀਡੈਂਟ ਹੁੰਦੇ। ਸਰਕਾਰ ਦੀ ਅਣਦੇਖੀ ਆ, ਅਣਗਹਿਲੀ ਆ। ਸਰਕਾਰ ਗੱਲਾਂ ਤਾਂ ਬਹੁਤ ਕਰਦੀ ਆ, ਬੋਰਡ ਹਰ ਚੀਜ਼ ਦੇ ਲਾ ਦਿੰਦੇ ਆ, ਅਖਬਾਰਾਂ 'ਚ ਇਸ਼ਤਿਹਾਰ ਦੇ ਦਿੰਦੇ ਆ, ਲੇਕਿਨ ਗਰਾਊਂਡ ਦੇ ਉੱਤੇ ਬਹੁਤ ਬੁਰੀ ਹਾਲਤ 'ਚ ਆ ਲੋਕ। ਲੋਕਾਂ ਦਾ ਲਗਾਤਾਰ ਸ਼ਾਸਨ ਪ੍ਰਸ਼ਾਸਨ ਤੋਂ ਵਿਸ਼ਵਾਸ ਉੱਠ ਰਿਹਾ, ਕਾਨੂੰਨ ਤੋਂ ਵਿਸ਼ਵਾਸ ਉੱਠ ਰਿਹਾ ਲੋਕਾਂ। ਹੋਰ ਹੈਰਾਨੀ ਦੀ ਗੱਲ ਇਹ ਆ ਕਿ ਲੋਕਲ ਪੁਲਿਸ ਨੇ ਉਸ ਬੱਚੇ ਦਾ ਪੋਸਟਮਾਰਟਮ ਵੀ ਨਹੀਂ ਕਰਵਾਇਆ। ਲੋਕਲ ਪੁਲਿਸ ਉਹਨਾਂ ਨੂੰ ਕਹਿ ਰਹੀ ਹੈ ਕਿ ਤੁਹਾਨੂੰ ਬੜੀ ਦਿੱਕਤ ਆਊਗੀ, ਤੁਹਾਨੂੰ ਐਵੇਂ ਫੜੀ ਫਿਰਨਗੇ ਤਹਿਸੀਲਾਂ ਕਚਹਿਰੀਆਂ 'ਚ। ਉਹ ਵਿਚਾਰੇ ਆਮ ਲੋਕ ਆ, ਉਹਨਾਂ ਦੀ ਕੋਈ ਸੁਣਵਾਈ ਕਰਨ ਵਾਲਾ। ਇਹਦਾ ਮਤਲਬ ਪੁਲਿਸ ਵਿੱਚ ਭਾਗੀਦਾਰ ਆ, ਇਹਦਾ ਮਤਲਬ ਪੁਲਿਸ ਦਾ ਆਪਣਾ ਦੋਸ਼ ਹੈ। ਮਹੀਨਾ ਹਫ਼ਤਾ ਲੈਂਦੇ ਰਹੇ ਹੋਣਗੇ ਉਹਨਾਂ ਕੋਲੋਂ, ਇਸ ਕਰਕੇ ਉਹਨਾਂ ਨੂੰ ਹਿੰਮਤ ਨਹੀਂ ਦੇ ਰਹੇ ਪਰਿਵਾਰ ਨੂੰ ਕਿ ਤੁਸੀਂ ਰਿਪੋਰਟ ਦਰਜ ਕਰਾਓ, ਤੁਸੀਂ ਪੋਸਟਮਾਰਟਮ ਕਰਾਓ। ਵੀਡੀਓ ਬਣੀ ਆ ਕਿਸ ਤਰ੍ਹਾਂ ਬੱਚੇ ਦਾ ਗਲਾ ਕੱਟਿਆ ਗਿਆ। ਇਹ ਬਹੁਤ ਮੰਦਭਾਗੀ ਘਟਨਾ ਹੋਈ। ਮੇਰੀ ਇਹ ਮੰਗ ਆ ਕਿ ਪੁਲਿਸ 'ਤੇ ਵੀ ਕਾਰਵਾਈ ਹੋਵੇ, ਅਤੇ ਹੋਰ ਜਿੱਥੇ ਇਹ ਡੋਰ ਬਣਦੀ ਆ, ਜੇ ਪੰਜਾਬ 'ਚ ਬਣਦੀ ਆ ਜਾਂ ਦੂਜੇ ਸੂਬੇ 'ਚ ਬਣਦੀ ਆ, ਉਹ ਕਿੱਦਾਂ ਆ ਜਾਂਦੀ ਪੰਜਾਬ 'ਚ? ਕੀ ਤੁਹਾਡੇ ਨਾਕੇ ਨਹੀਂ ਲੱਗੇ ਸਰਕਾਰ ਦੇ? ਕੀ ਤੁਹਾਡਾ ਟਰਾਂਸਪੋਰਟ ਸਿਸਟਮ 'ਤੇ ਕੋਈ ਕੰਟਰੋਲ ਨਹੀਂ? ਕਿਵੇਂ ਆ ਜਾਂਦੀ ਪਿੰਡ ਪਿੰਡ, ਮਹੱਲੇ ਮਹੱਲੇ, ਸ਼ਹਿਰ ਸ਼ਹਿਰ? ਕਿਵੇਂ ਉਸ ਚਾਈਨਾ ਡੋਰ ਨੇ ਤਾਂਡਵ ਮਚਾਇਆ ਹੋਇਆ? ਅਤੇ ਜੇ ਪੰਜਾਬ ਦੀ ਸਰਕਾਰ, ਜੇ ਮੁੱਖ ਮੰਤਰੀ ਜੀ, ਇਹ ਆਮ ਪਾਰਟੀ ਦੀ ਸਰਕਾਰ ਜੇ ਚਾਈਨਾ ਡੋਰ ਹੀ ਨਹੀਂ ਬੰਦ ਕਰਾ ਸਕਦੀ, ਤਾਂ ਅਸੀਂ ਪੰਜਾਬੀ ਭਲੀ ਭਾਂਤ ਸਮਝ ਸਕਦੇ ਹਾਂ ਕਿ ਇਹ ਨਸ਼ਾ ਕਿੱਥੋਂ ਬੰਦ ਕਰਾ ਲੈਣਗੇ, ਇਹ ਨਸ਼ੇ 'ਤੇ ਕਿੱਥੋਂ ਨਕੇਲ ਪਾਲਣਗੇ? ਆ ਪਿਛਲੇ ਦਿਨਾਂ 'ਚ ਆ ਸਾਡੇ ਲਾਗੇ ਪਿੰਡਾਂ 'ਚ ਨਸ਼ੇ ਨਾਲ ਨੌਜਵਾਨ ਮੁੰਡੇ ਮਰੇ, ਪਡੋਰੀ ਨਿਜਰਾਂ 'ਚ ਹੋਈ ਘਟਨਾ ਪਿਛਲੇ ਦਿਨਾਂ 'ਚ, ਕੋਈ ਕਾਰਵਾਈ ਨਹੀਂ? ਮੈਂ ਅਧਿਕਾਰੀਆਂ ਦੇ ਨੋਟਿਸ 'ਚ ਵੀ ਲੈ ਕੇ ਆਇਆ। ਆ ਸ਼ਰੇਆਮ ਇੱਥੇ ਜਲ ਆਪਣੇ ਆਦਮਪੁਰ ਸ਼ਹਿਰ 'ਚ ਸ਼ਰੇਆਮ ਨਸ਼ਾ ਵਿਕਦਾ, ਕੋਈ ਪੁੱਛਣ ਵਾਲਾ ਨਹੀਂ? ਆ ਸੱਗਰਾ ਮਹੱਲਾ ਆ ਸਾਡੇ ਆਦਮਪੁਰ, ਜਿੱਥੋਂ ਮਰਜ਼ੀ ਨਸ਼ਾ ਲੈ ਲਓ, ਖਤਰਨਾਕ। ਕਈਆਂ ਪਿੰਡਾਂ 'ਚ ਮੈਂ ਲਿਸਟ ਦਿੱਤੀ ਆ, ਪਰ ਪੁਲਿਸ ਦੇ ਹੱਡਾਂ 'ਚ ਪਾਣੀ ਪੈ ਗਿਆ। ਪੁਲਿਸ ਨਿਕੰਮੀ ਕਰ ਦਿੱਤੀ
ਪੰਜਾਬ ਸਰਕਾਰ ਨੂੰ। ਇਹ ਪਹਿਲਾਂ ਤਾਂ ਕਹਿੰਦੇ ਹੁੰਦੇ ਸੀ ਵੀ ਐੱਮ ਐੱਲ ਏ ਦੇ ਕਹੇ 'ਤੇ, ਸਿਆਸੀ ਲੋਕਾਂ ਦੇ ਕਹੇ 'ਤੇ ਐੱਮ ਐੱਲ ਏ ਡੀ ਐੱਸ ਪੀ ਲੱਗਦੇ ਆ, ਹੁਣ ਕੌਣ ਲਾ ਰਿਹਾ? ਹੁਣ ਤੁਸੀਂ ਵੀ ਉਹੀ ਡਿਜ਼ਾਈਨ ਫੜ ਲਿਆ। ਕਰਪਸ਼ਨ ਦਿਨ ਰਾਤ ਵੱਧ ਗਈ ਹੈ। ਮੇਰੀ ਇਹ ਡਿਮਾਂਡ ਆ ਕਿ ਤੁਰੰਤ ਪੁਲਿਸ ਦੇ ਉੱਤੇ ਕਾਰਵਾਈ ਹੋਵੇ ਅਤੇ ਸਰਕਾਰ ਇਹਦਾ ਜਵਾਬ ਦੇਵੇ ਬਈ ਇਹ ਕਿੱਥੋਂ ਆ ਰਹੀ ਹੈ ਚਾਈਨਾ ਡੋਰ, ਇਹ ਕਾਤਲ ਧਾਗਾ ਕਿੱਥੋਂ ਆ ਰਿਹਾ, ਇਹ ਕਾਤਲ ਤਾਰ ਕਿੱਥੋਂ ਆ ਰਹੀ ਹੈ, ਕਿਉਂ ਆ ਰਹੀ ਹੈ, ਕਿਹੜੇ ਕਿਹੜੇ ਮਹਿਕਮੇ ਦੇ ਵਿੱਚ ਇਨਵੋਲਵ ਆ, ਕਿੱਥੇ ਕਿੱਥੇ ਕਰਪਸ਼ਨ ਦਾ ਪੈਸਾ ਜਾ ਰਿਹਾ, ਮਹੀਨਾ ਹਫ਼ਤਾ ਕੌਣ ਲੈ ਰਿਹਾ? ਆਦਮਪੁਰ 'ਚ ਤਾਂ ਪੁਲਿਸ ਨਾਂ ਦੀ ਕੋਈ ਚੀਜ਼ ਹੀ ਨਹੀਂ। ਆ ਪਿੱਛੇ ਜਿਹੇ ਗਰੀਬ ਆਦਮੀ ਦੀਆਂ ਸਲਾਲੇ ਪਿੰਡ ਬੱਕਰੀਆਂ ਚੋਰੀ ਹੋ ਗਈਆਂ। ਉਹ ਪਹਿਲੇ ਦਿਨ ਚੋਰ 17 ਬੱਕਰੀਆਂ ਲੈ ਕੇ ਗਏ, 5 ਰਹਿ ਗਈਆਂ ਸੀ, ਉਹ ਦੂਜੇ ਦਿਨ ਆਣ ਕੇ 5 ਵੀ ਲੈ ਗਏ। ਉਹ ਵਿਚਾਰਾ ਮਾਲਕ ਗਰੀਬ ਥਾਣੇ ਆਇਆ ਆਦਮਪੁਰ ਰਿਪੋਰਟ ਲਿਖਾਉਣ ਲਈ, ਤਾਂ ਉੱਥੇ ਮੁਨਸ਼ੀ ਸਾਹਿਬ ਕਹਿੰਦੇ ਕੋਈ ਨਹੀਂ, ਲੱਭ ਲੈਂਦੇ ਹਾਂ, ਫੜ ਲੈਂਦੇ ਹਾਂ, 5,000 ਰੁਪਈਆ ਲੱਗੂ, ਸੇਵਾ ਸੁਵਾ ਕਰ। ਉਹ ਬੰਦਾ ਗਰੀਬ ਕਹਿੰਦਾ ਮੈਂ 5,000 ਰੁਪਈਆ ਜੋ ਦਊਂਗਾ, ਮੈਂ 5,000 ਦੇ ਨਵੇਂ ਲੇਲੇ ਲੈ ਆਊਂ, ਉਹ ਪਾਲ ਕੇ ਮੈਂ ਫਿਰ ਗੁਜ਼ਾਰਾ ਕਰ ਲਊਂ। ਆਹ ਹਾਲਤ ਹੈ ਇਸ ਵੇਲੇ ਪੰਜਾਬ 'ਚ, ਇਹ ਹਾਲਾਤ ਆ ਪੁਲਿਸ ਦੀ। ਆਹ ਸਰਕਾਰ ਚੱਲ ਰਹੀ ਹੈ ਬਦਲਾਓ ਵਾਲੀ, ਲਾਹਣਤ ਆ ਮੈਂ ਤਾਂ ਕਹਿੰਦਾ ਜਿਹੋ ਜਿਹੀ ਸਰਕਾਰ ਚੱਲ ਰਹੀ।